ਸਰ ਕੀ ਮਾਮਲਾ ਹੈਗਾ ਜਿਹੜੀ ਗੋਲੀ ਸ਼ਰਿਆਮ ਚੱਲੀ ਅਤੇ ਕਿੰਨੇ ਵਜੇ ਦਾ ਸਮਾਂ? ਇਹ ਕਰੀਬ ਸੁਬਾਹ 7:15 ਦੀ ਗੱਲ ਹੈ ਜੀ। ਇਹ ਸੁਖਚੈਨ ਸਿੰਘ ਹੈ, ਇਹਦੀ ਜਿਹੜੀ ਬੰਦਾ ਵਾ ਫੋਰਨ ਅਮੈਰੀਕਾ ਰਹਿੰਦਾ, ਜ਼ਿਆਦਾ ਹੁਣ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ। ਇਹਦਾ ਇੱਕ ਬ੍ਰਦਰ ਬਾਹਰ ਆ, ਇਹਦੀ ਮਦਰ ਇਹਦੀ ਸੈਕਿੰਡ ਮੈਰਿਜ ਦੇ ਵਿੱਚੋਂ ਵਾਈਫ ਅਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ। ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ, ਦੋ ਬੰਦੇ ਗੇਟ 'ਤੇ ਆਏ ਆ, ਗੇਟ 'ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀ ਦੀ ਆਰਸੀ ਵਿਖਾ ਤੂੰ ਕਿੱਥੋਂ ਲਈ ਆ? ਅਤੇ ਉਹ ਕਹਿੰਦਾ ਵੀ ਤੁਸੀਂ ਕਾਹਦੀ ਆਰਸੀ ਕੌਣ ਜੇ? ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ 'ਤੇ ਅੰਦਰ ਲੈ ਗਏ। ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ, ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ। ਫਾਇਰਿੰਗ ਕਰਨ ਦੇ ਵਿੱਚ ਬਾਅਦ 'ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਵੀ ਤਸੱਲੀ ਨਾ ਮਾਰੀਏ, ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ, ਉਹ ਚੱਲਿਆ ਨਹੀਂ, ਉਹ CCTV ਫੁਟੇਜ ਆਉਂਦਾ। ਠੀਕ ਹੈ, ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹੋਸਪਿਟਲ ਉਹਨਾਂ ਦੇ ਨਾਲ ਆ, ਉਹਨਾਂ ਨੂੰ ਹੋਸਪਿਟਲ ਲੈ ਗਏ ਆ, ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ। ਉਹ ਕਿਉਂਕਿ ਉਹਨਾਂ ਦੇ ਜਿਹੜੇ ਇੱਕ ਦੋ ਗੋਲੀਆਂ ਇੱਕ ਸਿਰ 'ਚ ਲੱਗੀ ਆ, ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਅਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ। ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ। ਔਰ ਸਾਡੀ ਜਿਹੜੀ FIR ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ, ਸਾਡਾ CA ਸਟਾਫ, ਸਾਡਾ SHO ਮਕਬੂਲਪੁਰਾ, ACP ਈਸਟ, ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਰੋਤੀ ਵੀ ਮੰਗੀ ਗਈ ਸੀ ਸੁਖਚੈਨ ਸਿੰਘ ਤੋਂ? ਨਹੀਂ ਜੀ, ਸਾਡੇ ਇਹੋ ਜਿਹੀ ਕੋਈ ਗੱਲ ਧਿਆਨ 'ਚ ਨਹੀਂ ਆਈ। ਦੇਖੋ ਨਾ ਸਾਡੇ ਕੋਈ ਇਹਨਾਂ ਰਿਪੋਰਟਿੰਗ ਆ, ਨਾ ਉਹਨਾਂ ਕੋਲ ਦੱਸਿਆ ਹੀ ਆ ਉਹ, ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ। ਉਹਦੇ ਵਿੱਚ ਉਹਦੇ 'ਤੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ FIR ਦਰਜ ਕਰਵਾਈ ਸੀ 2022 'ਚ। ਜਿਹੜੀ ਉਸ FIR ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਏ ਸੀ ਅਤੇ ਇਕੱਲੀ ਵਾਈਫ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ, ਅਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ 'ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਦੇ ਧਮਕੀਆਂ ਦਿੰਦੇ ਸੀ ਇਹਨਾਂ ਨੂੰ। ਇਹਦਾ ਅਸੀਂ ਬਸ ਵੱਖ ਐਂਗਲਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਨੂੰ ਟਰੇਸ ਕਰ ਲਾਂ। CCTV ਸਾਹਮਣੇ ਆਏ ਸਰ? ਹਾਂ, CCTV ਫੋਟੋਜ਼ ਆਏ ਜੀ, ਚਿਹਰੇ ਸਾਫ਼ ਦਿਖਾਈ ਦਿੰਦੇ ਬੰਦਿਆਂ ਨੂੰ ਜੀ। ਨਹੀਂ, ਮੈਂ ਬੜੀਆਂ ਸਖ਼ਤ ਹਦਾਇਤਾਂ ਕੀਤੀਆਂ, ਹੁਣੇ ਮਿਲੇ ਅੰਮ੍ਰਿਤਸਰ CP ਦੇ ਨਾਲ ਵੀ ਅਤੇ SSP ਸਾਹਿਬ ਨਾਲ ਵੀ ਗੱਲ ਹੋਈ ਹੈ। ਕੱਲ੍ਹ ਲੁਧਿਆਣੇ ਦੇ ਵਿੱਚ ਵੀ ਇੱਕ NRI ਪਰਿਵਾਰ ਦੇ ਉੱਤੇ ਗੋਲੀ ਜਿਹੜੀ ਚੱਲੀ, ਅਤੇ ਕੱਲ੍ਹ ਵੀ CP ਲੁਧਿਆਣਾ ਨੇ ਉਸੇ ਵੇਲੇ ਇਨਵੈਸਟੀਗੇਟ ਕੀਤਾ, ਬੰਦਿਆਂ ਦੇ ਬੱਚਾ ਵੀ ਕਰਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ। ਹੁਣ ਵੀ ਮੈਂ ਪੁਲਿਸ ਪਤਾ ਕਰ ਰਹੀ ਹਾਂ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰੋਪਰਟੀ ਦਾ ਕੁਛ ਨਿੱਜੀ ਰੰਜਿਸ਼ ਨਹੀਂ ਸੀ। ਅਸੀਂ ਉਹਦੇ ਖਿਲਾਫ਼ ਜਿਨ੍ਹਾਂ ਨੇ ਵੀ ਗੋਲੀ ਚਲਾਈ ਹੈ ਸਖ਼ਤ ਕਾਰਵਾਈ ਕਰਾਂਗੇ, ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰ ਰਹੇ ਹਾਂ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾ ਐਂਡ ਆਰਡਰ ਖਿਲਾਫ਼ ਕਰੂਗਾ ਪੰਜਾਬ ਦੇ ਵਿੱਚ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਕਰੂਗੀ। ਔਰ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ NRI ਵੀਰ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਂ ਜਿਹੜਾ ਤੁਹਾਡਾ ਆਪਸੀ ਪ੍ਰੋਪਰਟੀਆਂ ਦਾ, ਕੱਲ੍ਹ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਆ, ਕੱਲ੍ਹ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਏ, ਕੱਲ੍ਹ ਜਲੰਧਰ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਵੀ ਮੇਰੇ ਕੋਲ ਕੇਸ ਆਏ, ਮੈਂ ਸਭ ਨੂੰ ਇਹ ਕਹਿੰਦਾ ਕਿ ਜਾਂ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਇੱਕ ਹੁਣੇ ਉੱਠ ਕੇ ਗਿਆ ਮੇਰੇ ਕੋਲ, ਹੁਣੇ ਆਏ ਸੀਗੇ ਲੁਧਿਆਣੇ ਤੋਂ, ਮੈਂ ਸਭ ਨੂੰ ਬੇਨਤੀ ਕਰਦਾ NRI ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ, ਪ੍ਰੋਪਰਟੀਆਂ ਦੇ ਝਗੜੇ ਆ, ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੌਰ 'ਤੇ ਆਪੋ ਜਿਹੇ ਨਜਿੱਠੋ। ਸਾਡੀ ਜੋ ਡਿਊਟੀ ਅਸੀਂ ਤਾਂ ਕਰ ਰਹੇ ਹਾਂ, ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ NRI ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ
ਸਾਡੀ ਡਿਊਟੀ ਆ। ਮੈਂ ਇੰਨਾ ਤਾਂ ਕਹੂੰਗਾ ਕਿ ਘਬਰਾਉਣ ਦੀ ਲੋੜ ਨਹੀਂ। ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ, ਅੱਜ ਵਾਲਾ ਮਸਲਾ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ, 10-15 ਮਿੰਟ ਬਾਅਦ ਹੁਣੇ ਆਉਂਦੀ ਹੈ ਕਾਲ ਪੁਲਿਸ ਦੀ, ਉਹ ਇਹੀ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦਾ ਜਾਤੀ ਸੀ ਜਾਂ ਕੀ ਸੀਗਾ। ਜੋ ਵੀ ਹੋਵੇ, ਜਾਤੀ ਹੋਵੇ ਜਾਂ ਦੂਜਾ ਹੋਵੇ, ਜਿਨ੍ਹਾਂ ਨੇ ਗੋਲੀ ਚਲਾਈ ਆ, ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦਾ ਇੱਥੇ, ਉਹਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ। ਕੀ ਨਾਮ ਹੈ, ਕਿਹੜਾ ਪਿੰਡ ਹੈ ਜੀ? ਪਰਮਜੀਤ ਸਿੰਘ, ਪਿੰਡ ਦਬੁਰਜੀ, ਇਹੋ ਹੀ ਹੈ ਜੀ। ਕੀ ਮਾਮਲਾ ਹੋਇਆ ਜੀ ਸਾਹਮਣੇ ਜੀ, ਕਿੰਨੇ ਵਜੇ ਘਟਨਾ? ਇਹ ਸਵੇਰੇ 7 ਵਜੇ ਦੇ ਕਰੀਬ 5 ਮਿੰਟ ਦੇ ਕਰੀਬ ਸਾਰਾ ਕੰਮ ਹੋਇਆ ਆ, 5 ਮਿੰਟਾਂ ਦੇ ਵਿੱਚ ਹੀ। ਅਤੇ ਇਹ ਮੁੰਡਾ ਸਾਡਾ ਰਿੰਕੂ ਆ, ਸੁਖਚੈਨ ਸਿੰਘ। ਅਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ, ਦੋਵਾਂ ਜਾਣਿਆਂ ਨੂੰ, 2 ਜਣੇ ਆਏ ਸੀ ਸਿੰਘ ਅਤੇ ਮੋਟਰਸਾਈਕਲ ਦੇ ਉੱਤੇ ਇਹੀ ਸਪਲੈਂਡਰ ਦੇ ਉੱਤੇ। ਅਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ, ਪਹਿਲਾਂ ਤਾਂ ਇੱਥੇ ਆ ਕੇ ਗੱਲ ਕਰਨ ਲੱਗ ਪਏ, ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ RC ਕਿੱਦਾਂ ਬਣਾਈ ਤੁਸੀਂ, ਅਸੀਂ ਵੀ ਬਣਾਉਣੀ ਆ, ਅਸੀਂ ਫਲਾਂ ਠੀਕ ਆ। ਅਤੇ ਉਹਨੂੰ ਡਾਊਟ ਹੋ ਗਿਆ, ਉਹ ਭੱਜ ਕੇ ਆ ਗੱਡੀ ਦੇ ਵੱਲੇ ਹੋਇਆ ਮਾੜਾ ਜਿਹਾ। ਅਤੇ ਬਾਅਦ 'ਚ ਉਹਨਾਂ ਨੇ ਪਿਸਤੌਲ ਰੱਖ ਲਈ ਆ ਗਿੱਚੀ ਦੇ ਵਿੱਚ। ਅਮਰੀਕਾ ਤੋਂ ਪਰਤਿਆ ਜੀ? ਹਾਂਜੀ, ਅਮਰੀਕਾ ਤੋਂ ਹੋ ਗਿਆ, ਥੋੜ੍ਹੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ, ਅਤੇ ਉਹਦੇ ਕਰਕੇ 1.5 ਸਾਲ ਹੋ ਗਿਆ ਇੱਥੇ ਹੀ। ਅਤੇ ਉਹ 2 ਵਾਰੀ ਗਿਆ ਵੀ ਹੈਗਾ ਬੱਸ ਵਾਪਸੀ, ਅਤੇ ਫਿਰ ਆ ਜਾਂਦਾ ਰਿਹਾ ਕੋਈ 5-10, ਕਿਉਂਕਿ ਬੱਚੇ ਛੋਟੇ ਛੋਟੇ ਨੇ, ਉਹਨਾਂ ਦੀ ਦੇਖ ਕੇ। ਗੋਲੀਆਂ ਚੱਲੇ, ਸਮਾਂ ਕਿੰਨੇ ਵਜੇ ਦਾ? 7:05 ਦਾ ਸਮਾਂ ਆ ਸਵੇਰ ਦਾ। ਅਤੇ ਪਰਿਵਾਰ ਦੇ ਵਿੱਚ ਉਦੋਂ ਦੋਵੇਂ ਜੀ ਆਪ ਹੀ, ਅਤੇ ਦੋਵੇਂ ਬੱਚੇ ਅਤੇ ਨਾਲ ਮਾਤਾ ਬਜ਼ੁਰਗ ਸਾਡੀ। ਕਿੰਨੀਆਂ ਗੋਲੀਆਂ ਚੱਲੀਆਂ ਜੀ? ਉਦਾਂ ਤਾਂ 3 ਮਿਲੀਆਂ ਪੁਲਿਸ ਨੂੰ, 2 ਵੱਜੀਆਂ ਕਹਿੰਦੇ। ਅਤੇ ਸੀਰੀਅਸ ਹੈ ਜੀ? ਸੀਰੀਅਸ ਆ, ਹੁਣ ਹੋਸਪਿਟਲ ਹੀ ਆ। ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ, ਹੋਟਲ ਦਾ ਮਾਮਲਾ ਹੈਗਾ ਕੋਈ? ਨਹੀਂ ਵੀਰ, ਇਹੋ ਜਿਹੀ ਅਜੇ ਤੱਕ ਕੋਈ ਗੱਲ ਨਹੀਂ, ਸਾਨੂੰ ਪਤਾ ਨਹੀਂ ਹੈਗਾ, ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ, ਕੋਈ ਪਤਾ ਨਹੀਂ ਹੈਗਾ। ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ? ਪੁਲਿਸ ਮੌਕੇ ਤੇ ਕੋਈ ਆ ਗਈ ਸੀ, 7:30 ਵਜੇ ਆ ਗਈ ਸੀ ਪੁਲਿਸ ਸਾਰੀ। ਕੋਈ ਮਰਸਡੀ ਗੱਡੀ ਦਾ, ਵਾਈਟ ਦਾ ਵੀ ਕਹਿੰਦੇ? ਮਰਸਡੀ ਗੱਡੀ ਇਹੋ ਹੀ ਆ, ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ, ਇਹਦੇ ਕਰਕੇ ਉਹਨਾਂ ਕੋਈ ਚੱਕਰ ਨਾ ਹੋ, ਬਲਦ ਇਹੋ ਜਿਹਾ ਕੋਈ ਹੈ ਨਹੀਂ ਚੱਕਰ। ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ? ਤੇ ਪਲੈਨਿੰਗ ਦੇ ਨਾਲ ਹੀ, ਉਹਨਾਂ ਨੂੰ ਪਤਾ ਵੀ ਇਹ ਵਾਲੇ ਜਿਮ ਜਾਂਦਾ ਜਾਂ ਕਿੱਦਾਂ ਜਾਂਦਾ, ਕੋਈ ਰੇਕੀ ਕਰਕੇ ਫੇਰ ਕੀਤਾ ਜੀ। ਜਿਹੜੀ ਇਹਦੇ ਜਿਹਦੇ ਨਾਲ ਮਤਲਬ ਘਟਨਾ ਵਾਪਰੀ ਆ, ਉਹਦੀ ਮੈਸੇਜ ਆ ਮੇਰੀ ਭਤੀਜੀ ਲੱਗਦੀ ਆ, ਅਤੇ ਜੋ ਇਹ ਘਟਨਾ ਵਾਪਰੀ ਆ ਬਹੁਤ ਦੁਖਦਾਈ ਆ। ਮਤਲਬ ਇਹਦੇ 'ਚ ਕੋਈ ਗੱਲ ਜਿਹੜੀ ਕਿਸੇ ਬੰਨੇ ਕੋਈ ਸੇਫਟੀ ਵਾਲੀ ਹੈ ਨਹੀਂ ਗੀ, ਇੱਕ ਬੇਖੌਫ ਹੋ ਕੇ ਘਰ ਵੜ ਕੇ ਮਤਲਬ ਬਹਾਨਾ ਗੱਡੀ ਦਾ ਬਣਾ ਕੇ ਅਸੀਂ ਦੇਖਣੀ ਆ, ਅਤੇ ਇਹਨੂੰ ਗੰਨ ਦੇ ਨਾਲ ਅੰਦਰ ਲੈ ਜਾਂਦੇ ਆ, ਅੰਦਰ ਖੜ ਕੇ ਸਿੱਧੀਆਂ ਗੋਲੀਆਂ ਚਲਾ ਦਿੰਦੇ ਆ, ਬੰਦੇ ਬੱਚੇ ਰੋਂਦੇ ਕਰਲਾਉਂਦੇ ਵੀ ਨਾ ਮਾਰੋ ਨਾ ਮਾਰੋ, ਪਾਪਾ ਨੂੰ ਕਿਸੇ ਦੀ ਨਹੀਂ ਸੁਣਦੇ, ਬੱਚਿਆਂ ਨੂੰ ਧੂ ਧੂ ਪਰਾਂ ਸੁੱਟਦੇ ਆ, ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਮਾਰ ਕੇ ਗੋਲੀਆਂ ਆਪਦੀ ਮਰਜ਼ੀ ਦੇ ਨਾਲ ਤਸੱਲੀ ਕਰਕੇ, ਚਲੋ ਉਹਨੇ ਬੇੜੀ ਨੇ ਇਹਨੂੰ ਧੂ ਕੇ ਡਿੱਗੇ ਪੈ ਨੂੰ ਅੰਦਰ ਸੁੱਟ ਲਿਆ, ਅਤੇ ਥੋੜ੍ਹੀ ਜਿਹੀ ਬੱਚਤ ਬਾਕੀ ਗੋਲੀਆਂ ਦੀ ਰਹਿ ਗਈ ਆ, ਨਹੀਂ ਤਾਂ ਜਿੰਨਾ ਵੀ ਅਸਲ ਹੈ ਸਾਰਾ ਖਾਲੀ ਇਹਦੇ 'ਤੇ ਕਰਕੇ ਜਾਂਦੇ। ਦੇਖੋ ਬਿਲਕੁਲ ਜੀ ਬਿਲਕੁਲ, ਉਹ ਅਸਲ ਵਿੱਚ ਅਮੈਰੀਕਾ ਗਏ ਨੂੰ ਦੋਵਾਂ ਭਰਾਵਾਂ ਨੂੰ ਕਾਫੀ ਦੇਰ ਹੋ ਗਿਆ ਸੀਗਾ, ਅਤੇ ਤਾਂ ਸਿਰ 'ਤੇ ਨਹੀਂ ਸੀ ਰਹਿਣਾ ਚਾਹੁੰਦੇ ਸੀ ਪਰਿਵਾਰ ਦੇ ਵਿੱਚ, ਵੀ ਬੱਚੇ ਆ ਇੱਥੇ ਰਹਾਂਗੇ, ਪਰ ਰਹਿਣ ਵਾਲੇ ਅਜੇ ਤਾਂ ਸੋਚਿਆ ਮਗਰੋਂ ਤਾਂ ਘਟਨਾ ਪਹਿਲਾਂ ਵਾਪਰ ਕੇ ਰਹੂਗਾ, ਕਿਉਂਕਿ ਆਇਆ ਵਿਚਾਰਾ ਰਹਿਣ ਵਾਸਤੇ ਸੀਗਾ, ਵੀ ਮੈਂ ਹੁਣ ਕੰਮ ਕੀਤਾ ਵਾ, ਪੈਸੇ 4 ਕਮਾਏ ਤਾਂ ਆਪਦੀ ਇਨਵੈਸਟਮੈਂਟ ਕਰਕੇ ਰੋਟੀ ਖਾਵਾਂ, ਪਰ ਨਹੀਂ, ਹਾਲਾਤ ਇਹੋ ਜਿਹੇ ਹੈਗੇ, ਇਹਦਾ ਤਾਂ ਮਤਲਬ ਨਤੀਜਾ ਨੂੰ ਪਹਿਲਾਂ ਮਿਲ ਗਿਆ, ਅਜੇ ਤਾਂ ਮਤਲਬ ਵਿਚਾਰੇ ਸੋਚਿਆ ਹੀ ਆ, ਅਜੇ ਕੀਤਾ ਵੀ ਕੁਛ ਨਹੀਂ, ਨਾ ਕੋਈ ਲਿਆ ਨਾ ਦਿੱਤਾ, ਅਜੇ ਵੇਖੋ ਜੀ ਇਹ ਤਾਂ ਸੋਚ ਹੀ ਰਿਹਾ, ਅਜੇ ਤਾਂ ਕੋਈ ਸੌਦਾ ਨਹੀਂ ਹੋਇਆ, ਲਿਆ ਨਹੀਂ ਕੁਛ, ਅਜੇ ਤਾਂ ਮਤਲਬ ਆਉਂਦੇ ਸਲਾਹ ਕਰਦੇ ਨੂੰ ਗੋਲੀਆਂ ਮਿਲ ਗਈਆਂ, ਅਤੇ ਜੇ ਲੈ ਲੈਂਦਾ ਫਿਰ ਕੀ ਬਣਦਾ। ਵੇਖੋ ਜੀ ਪੁਰਾਣੀ ਰੰਜਿਸ਼ ਦਾ ਹੁਣ ਇਹ ਤਾਂ ਪੜਤਾਲ ਦਾ ਵਿਸ਼ਾ, ਪਤਾ ਲੱਗੇਗਾ, ਪੂਰਾ ਪਹਿਲਾਂ ਇਹਦੀ ਇੱਕ ਮੈਰਿਜ ਪਹਿਲਾਂ ਸੀਗੀ, ਹੋ ਸਕਦਾ ਉਹਨਾਂ ਸਹੁਰਿਆਂ ਨੇ ਕੋਈ ਨਾ ਕੋਈ ਇਹੋ ਜਿਹੀ ਵਾਰਤ ਕੀਤੀ ਹੋਵੇ। ਹਾਂਜੀ, ਬਾਕੀ ਇਹ ਜਾਂਚ ਪੜਤਾਲ ਉਹਦੇ ਫਿਰ ਪਤਾ ਲੱਗੂਗਾ ਆਪਾਂ ਨੂੰ। ਗੋਲੀ ਦੇਖੋ ਜੀ ਇੱਕ ਹੱਥ 'ਤੇ ਆ, ਅਤੇ ਬਾਕੀ ਗੋਲੀ ਜਿਹੜੀ ਆ ਮੂੰਹ ਦੇ ਉੱਤੇ ਆ, ਇਹ ਗੋਲੀ ਜਿਹੜੀ ਅਜੇ ਅੰਦਰ ਆ, ਇਹ ਵੇਖੋ ਬਾਹਰ ਡਾਕਟਰ ਕੱਢਦੇ ਆ, ਕਦੋਂ ਨਿਕਲਦੀ ਕਦੋਂ ਹੋਸ਼ ਆਉਂਦਾ ਵਾ, ਅਜੇ ਬੇਹੋਸ਼ ਦੀ ਹਾਲਤ 'ਚ ਆ, ਅਜੇ ਕੁਛ ਨਹੀਂ ਕਿਹਾ ਜਾ ਸਕਦਾ। ਮੰਗ ਵੇਖੋ ਜੀ ਇਨਸਾਫ ਦੀ ਕਰਦੇ ਹਾਂ, ਇਨਸਾਫ ਮਿਲੇ
ਜਿਹੜੇ ਅੱਜ ਇਹੋ ਜਿਹੇ ਬੰਦੇ ਨਾਲ ਘਟਨਾ ਵਾਪਰੀ, ਪਹਿਲਾਂ ਬਹੁਤ ਵਾਪਰੀਆਂ, ਕੋਈ ਨਵੀਂ ਨਹੀਂ ਹੈਗੀ। ਜਾਂ ਤਾਂ ਇਕੱਲੀ ਹੋਵੇ ਤਾਂ ਆਪਾਂ ਇਹਦੇ ਬਾਰੇ ਰੋਈਏ ਵੀ ਇਕੱਲੀ ਆ, ਬਹੁਤ ਦਿਨ ਰਾਤ ਮਤਲਬ ਖਬਰਾਂ ਅੰਮ੍ਰਿਤਸਰ ਦੀਆਂ ਖਾਸ ਕਰਕੇ ਆਉਂਦੀਆਂ। ਪਰ ਜੇ ਨਾ ਇਨਸਾਫ ਮਿਲੂਗਾ ਤਾਂ ਦੁਨੀਆ ਫਿਰ ਬਾਹਰ ਨੂੰ, ਜਿਹੜੀ ਅੱਗੇ ਬੱਚੇ ਗਏ ਤੇ ਇਹ ਵੀ ਜਿਹੜਾ ਕੋਈ ਆਊਗਾ ਬਾਹਰ ਚੱਲੂਗਾ, ਕੀ ਕਰਨਾ? ਸਰਕਾਰ ਨੂੰ ਤਾਂ ਚਾਹੀਦਾ ਵੀ ਇਹ ਲਾ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲੇ। ਵੇਖੋ, ਕਹਿਣਾ ਨਹੀਂ ਚਾਹੀਦਾ, ਜੇ CM ਸਾਹਿਬ ਆਪ ਜਿਹੜਾ ਝੰਡਾ ਲਹਿਰਾਉਂਦੇ ਆ ਤੋ ਆਪਦਾ ਮਤਲਬ ਕਿ ਜਿਹੜਾ ਬੁਲਟ ਪਰੂਫ ਕੈਬਨ ਬਣਾਉਂਦੇ ਆ, ਅਤੇ ਇਹ ਆਪਾਂ ਨੂੰ ਕੀ ਯਾਦ ਹੁੰਦਾ ਵਾ? ਇਹ ਨਹੀਂ ਆਪਾਂ ਨੂੰ ਪਤਾ ਵੀ ਹਾਲਾਤ ਮਾੜੇ ਕਰਕੇ ਕਰਦੇ ਆ, ਨਹੀਂ ਤਾਂ ਅਜੇ ਤੱਕ ਜਿੰਨੇ ਸਾਰੇ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਆਮ ਮਤਲਬ ਜੋ ਆਪਣੀ ਰਸਮ ਕਰਦੇ ਰਹੇ ਆ, ਪਹਿਲੀ ਵਾਰੀ ਆ ਵੇਖਿਆ। ਇਹ ਤੋਂ ਪਤਾ ਲੱਗਦਾ ਸਾਨੂੰ ਲਾ ਐਂਡ ਆਰਡਰ ਮਾੜਾ, ਸਰਕਾਰ ਮੰਨੇ ਨਾ ਮੰਨੇ, ਪਰ ਇਹਨੂੰ ਸਹੀ ਕਰਨਾ ਚਾਹੀਦਾ। ਬੇਨਤੀ ਕਰ। ਕੀ ਗੱਲ ਹੋਈ ਸੀ? ਤੁਹਾਡਾ ਨਾਮ ਕੀ? ਤੁਹਾਡਾ ਕੀ ਰਿਸ਼ਤਾ ਵਾ? ਮੇਰਾ ਨਾਮ ਲਖਵਿੰਦਰ ਸਿੰਘ ਸੋਨੀ ਆ, ਮੈਂ ਦਬੂਜੇ, ਮੇਰੇ ਚਾਚਾ ਜੀ ਦਾ ਬੇਟਾ ਸੀ। ਕੀ ਹੋਇਆ ਕਿ ਕਿੰਨੀ ਦੇਰ ਹੋਈ ਇਹਨਾਂ ਨੂੰ ਵਿਦੇਸ਼ ਤੋਂ ਆਏ? ਅਤੇ ਵਿਦੇਸ਼ ਤੋਂ ਆਏ ਨੂੰ 20-25 ਦਿਨ ਹੋਏ ਆ ਜੀ, ਅਤੇ ਆ ਗਏ ਨੇ। ਸਗੋਂ ਆਪਣਾ ਕਾਰੋਬਾਰ ਵਧੀਆ ਚਲਾਉਣ ਲੱਗ ਪਿਆ ਸੀ, ਆਪਣੀ ਇੱਥੇ ਗੱਡੀ ਲਈ ਹੈ। ਇਹ ਜ਼ਿਆਦਾ ਹੁਣ ਬਾਹਰ ਦਾ ਮਨ ਘੱਟ ਲੱਗਦਾ ਕਿ ਮੈਂ ਪੰਜਾਬ 'ਚ ਰਹਾਂ, ਆਪਣੇ ਬੱਚਿਆਂ ਕੋਲ ਇੱਥੇ ਪੜ੍ਹਾਵਾਂ, ਇੱਥੇ ਵਧੀਆ ਰਹਾਂ। ਪਰ ਉਹ ਜਿੱਦਾਂ ਕਿ ਕਿਸੇ ਵਿਰੋਧੀਆਂ ਨੂੰ ਨਹੀਂ ਪਲ ਕੱਟੀ ਜਿਹੜੀ ਗੱਲ ਆ, ਅਤੇ ਉਹ ਇਹਦੇ ਨਾਲ ਅੱਜ ਇਹ ਚਾਂਸ ਹੋ ਗਿਆ ਜੀ। ਕੌਣ ਸੀ ਬੰਦੇ? ਕੋਈ ਲੱਗਦਾ ਕਿ ਪੁਰਾਣੀ ਰੰਜਿਸ਼ ਦੇ ਚਲਦੇ ਕਿਉਂਕਿ ਲੁੱਟ ਨਹੀਂ? ਕੋਈ ਰੰਜਿਸ਼ ਨਹੀਂ, ਕੋਈ ਲੁੱਟ ਨਹੀਂ ਆ ਇਹਨਾਂ ਦਾ। ਪਹਿਲਾਂ ਥੋੜ੍ਹੇ ਚਿਰ ਪਹਿਲਾਂ ਇਹਨਾਂ ਦੀ ਮੈਰਿਜ ਦਾ ਇਹਨਾਂ ਦੀ ਵਾਈਫ ਹੋਈ ਸੀ, ਤਾਂ ਕਿ ਜਿੱਦਾਂ ਉਹਨੇ ਸੁਸਾਈਡ ਕਰ ਲਈ 22 'ਚੋਂ, ਅਤੇ ਬਾਅਦ ਵਿੱਚ ਕਿਨਾਲ ਦੇ ਸੁਸਾਈਡ ਕਰਨ ਤੋਂ ਬਾਅਦ 'ਚ ਉਹਨਾਂ ਨੇ ਇਹਨਾਂ ਦੇ ਪਰਚੇ ਕਰਾਤੇ ਸੀ, ਅਤੇ ਉਹ ਕਿਤੇ ਇਹਨਾਂ ਨੂੰ ਫੋਨ ਆਉਂਦੇ ਸੀ ਕਿਤੇ ਬਾਹਰੋਂ, ਜਿੱਦਾਂ ਥੋੜ੍ਹੇ ਦਿਨ ਅੱਜ ਤੋਂ 1-2 ਮਹੀਨੇ ਪਹਿਲਾਂ ਵੀ ਫੋਨ ਆਏ ਕਿ ਅਸੀਂ ਤੈਨੂੰ ਆਹ ਕਰਨਾ ਉਹ ਕਰਨਾ, ਅਤੇ ਕੀ ਪਤਾ ਉਹ ਵੀ ਹੋ ਸਕਦੇ ਵਿੱਚ। ਕੀ ਕਾਰੋਬਾਰ ਕਰਨਾ ਸੀ ਕੋਈ ਇਹਨਾਂ ਨੇ? ਕਾਰੋਬਾਰ ਕਰ ਰਹੇ ਸੀ, ਆਪਣੀ ਇਹਨਾਂ ਦੀ ਜ਼ਮੀਨ ਸੀ ਇੱਥੇ, ਅਤੇ ਨਾਲ ਇਹ ਹੁਣ ਹੋਟਲ ਲੈ ਰਹੇ ਸੀ ਕਿ ਆਪਣਾ ਚਲੋ ਕਾਰੋਬਾਰ ਇੱਥੇ ਬਣਾਉਂਦੇ ਹਾਂ, ਅਤੇ ਜਿੰਨ ਚਿਰ ਹੁਣ ਬਾਹਰ ਰਹਿ ਲਏ ਹਾਂ 15-20 ਸਾਲ ਰਹਿ ਲਏ ਹਾਂ, ਬੜਾ ਵਧੀਆ। ਵਿਦੇਸ਼ ਕੌਣ ਕੌਣ ਰਹਿੰਦਾ ਸੀ ਇਹਨਾਂ ਦਾ? ਵਿਦੇਸ਼ ਸਾਰੀ ਫੈਮਿਲੀ, ਇਹਨਾਂ ਦੇ ਇਹਦੇ ਬ੍ਰਦਰ ਵੀ ਸਿਸਟਰ ਵੀ ਉੱਥੇ ਬਾਹਰ ਸੀ ਜੀ। ਹਾਂਜੀ, ਠੀਕ।